ਅੰਮ੍ਰਿਤਸਰ ਦੇ ਸ਼ਿਵਾ ਮੰਦਿਰ ਸੁੱਕਾ ਤਲਾਬ ਵਿੱਚ ਰਾਮਨਾਮੀ ਦੇ ਉਪਲਕਸ਼ ਵਿੱਚ ਸਮੇਂ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਬਿੱਲਾ ਵੱਲੋਂ ਹਵਨ ਪੂਜਾ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਮੰਦਿਰ ਕਮੇਟੀ ਦੇ ਸਮੂਹ ਸੇਵਾਦਾਰ ਅਤੇ ਇਲਾਕਾ ਨਿਵਾਸੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਦੁਰਗਾ ਸੰਪਤੀ ਤੇ ਪਾਠ ਵੀ ਕਰਵਾਏ ਗਏ। ਪ੍ਰਧਾਨ ਬਲਵਿੰਦਰ ਸਿੰਘ ਬਿੱਲਾ ਦੇ ਅਤੇ ਮੰਦਿਰ ਕਮੇਟੀ ਵੱਲੋਂ ਹਵਨ ਕੁੰਡ ਵਿੱਚ ਹਵਨ ਸਮੱਗਰੀ ਪਾ ਕੇ ਹਵਨ ਨੂੰ ਸੰਪੂਰਨ ਕੀਤਾ ਗਿਆ ਅਤੇ ਹਵਨ ਪੂਜਾ ਤੇ ਮੰਤਰ ਉਚਾਰਨ ਨਾਲ ਮੰਦਿਰ ਦਾ ਮਾਹੌਲ ਵੀ ਬਹੁਤ ਮਨਮੋਹਕ ਬਣਾਇਆ ਹੋਇਆ ਸੀ। ਅੱਜ ਇਸ ਸੁਲਤਾਨਵੇਂ ਰੋਡ ਜਿਹੜਾ ਇਤਿਹਾਸਿਕ ਮੰਦਿਰ ਹੈ, ਜਿਹਦੇ ਕਿ ਸਾਡੇ ਸੇਵਾਦਾਰ ਮੁੱਖ ਸੇਵਾਦਾਰ ਬਿੱਲਾ ਜੀ ਨੇ ਸੰਗਤ ਦੇ ਨੂੰ ਨਾਲ ਲੈ ਕੇ ਸੇਵਾ ਸੰਭਾਲੀ, ਅੱਜ ਇੱਕ ਯੱਗ ਕੀਤਾ ਗਿਆ, ਹਵਨ ਕੀਤਾ ਗਿਆ। ਸੋ ਉਸ ਸੰਬੰਧ 'ਚ ਅਸੀਂ ਸਾਰੇ ਇੱਥੇ ਹਾਜ਼ਰੀ ਭਰਨ ਆਏ ਹਾਂ ਅਤੇ ਪਰਮਾਤਮਾ ਦੇ ਚਰਨਾਂ 'ਚ, ਮਾਤਾ ਦੇ ਚਰਨਾਂ 'ਚ ਇਹੀ ਬੇਨਤੀਆਂ ਕੀਤੀਆਂ ਵੀ ਇਹ ਚੰਗੀ ਸੋਚ ਲੈ ਕੇ ਚੰਗੀਆਂ ਸਭ ਇੱਛਾਵਾਂ ਵਾਸਤੇ, ਸਰਬੱਤ ਦੇ ਭਲੇ ਵਾਸਤੇ ਇਹ ਜਿਹੜੇ ਅੱਜ ਅਰਦਾਸ ਬੇਨਤੀਆਂ ਕੀਤੀਆਂ ਇਹ ਪ੍ਰਵਾਨ ਕਰਨਗੇ। ਉਸ ਤੋਂ ਪਹਿਲਾਂ ਅਤੇ ਅੱਜ ਸ਼੍ਰੀ ਰਾਮ ਭਗਵਾਨ ਜੀ ਦਾ ਰਾਜ ਤਿਲਕ ਹੋਇਆ ਸੀ। ਮੈਂ ਸਾਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਇਸ ਪਾਵਨ ਤਿਉਹਾਰ 'ਤੇ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਦੂਜੇ ਬੰਨੇ ਪੰਜਾਬ ਸਰਕਾਰ ਕੋਲ ਸਾਡੇ ਹਲਕਾ ਵਿਧਾਇਕ ਸਰਦਾਰ ਇੰਦਰਵੀਰ ਸਿੰਘ ਬਲੌਰੀਆ ਜੀ ਕੋਲ, ਸਰਦਾਰ ਗੁਰਜੀਤ ਸਿੰਘ ਔਜਲਾ ਜੀ ਕੋਲ ਇਹੀ ਮੰਗ ਕਰਦਾ ਹਾਂ ਕਿ ਇਹ ਸੁੱਕੇ ਤਲਾਏ ਦੀ ਸਫਾਈ ਜਲਦ ਤੋਂ ਜਲਦੀ ਕਰਾਈ ਜਾਵੇ। ਅੰਮ੍ਰਿਤਸਰ ਤੋਂ ਰਜੇਸ਼ ਕੁਮਾਰ, ਜੀਵੇ ਪੰਜਾਬ ਟੀਵੀ।